ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਤੁਸਾਂ ਸਾਰੇ ਦਾ ਕੀ ਹਾਲ ਚਾਲ ਹੈ। ਰਾਜਾ ਬੇਟਾ ਤੁਸਾਂ ਦਾ ਦੈਨਿਕ ਸਵੇਰਾ ਟੀਵੀ ਦੇ ਉੱਤੇ ਸਵਾਗਤ ਕਰਦਾ ਆਪਣੇ ਸ਼ੋਅ ਦੇ ਵਿੱਚ। ਰਾਜਾ ਬੇਟਾ ਤੁਸਾਂ ਨੂੰ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਇੱਕ ਵਧੀਆ ਗੱਲ ਦੱਸਣਾ ਚਾਹੁੰਦਾ। ਰਾਜਾ ਬੇਟਾ ਇਕੱਲੀ ਐਂਟਰਟੇਨਮੈਂਟ ਦੀਆਂ ਗੱਲਾਂ ਨਹੀਂ ਕਰੇਗਾ, ਅੱਜ ਰਾਜਾ ਬੇਟਾ ਤੁਸਾਂ ਦੇ ਨਾਲ ਪੋਲੀਟੀਕਲ ਗੱਲਾਂ ਵੀ ਕਰੇਗਾ, ਕਿਉਂਕਿ 1 ਅਕਤੂਬਰ ਨੂੰ ਉਹ ਹੋਣ ਲੱਗੇ ਨੇ ਨਾ ਇਲੈਕਸ਼ਨ, ਸਾਰਿਆਂ ਨੇ ਵੋਟਾਂ ਵੋਟਾਂ ਪਾਉਣ ਵੀ ਜਾਣਾ ਹੈਗਾ, ਅਤੇ ਰਾਜਾ ਬੇਟਾ ਨੇ ਸੋਚਿਆ ਚਲੋ ਤੁਸਾਂ ਨਾਲ ਇਲੈਕਸ਼ਨ ਦੀ ਵੀ ਥੋੜ੍ਹੀ ਜਿਹੀ ਗੱਲਬਾਤ ਕੀਤੀ ਜਾਵੇ। ਖੈਰ, ਰਾਜਾ ਬੇਟਾ ਦੀ ਨਾ ਸ਼ੋਅ ਦੀ ਇੱਕ ਆਦਤ ਬਣ ਚੁੱਕੀ ਹੈ, ਤੁਸਾਂ ਨੂੰ ਪਹਿਲੇ ਜੋਕ ਸੁਣਾਏਗਾ, ਉਸ ਤੋਂ ਬਾਅਦ 'ਚ ਅੱਗੇ ਵਧਾਏਗਾ। ਰਾਜਾ ਬੇਟਾ ਨਾ ਤੁਸਾਂ ਲਈ ਇੱਕ ਜੋਕ ਲੈ ਕੇ ਆਇਆ, ਜੋਕ ਇਹ ਹੈ ਅੱਜ ਕੱਲ੍ਹ ਰਾਜਾ ਬੇਟਾ ਨੂੰ ਸਾਰੇ ਤਮੀਜ਼ ਨਾਲ ਗੱਲ ਕਰਨ ਨੂੰ ਕਹਿੰਦੇ ਪਏ ਨੇ, ਅਤੇ ਰਾਜਾ ਬੇਟਾ ਇੱਕ ਕੰਮ ਚ ਰੁੱਝਿਆ, ਸੋਚੋ ਕਿਹੜਾ ਕੰਮ ਹੋਏਗਾ, ਸੋਚੋ ਸੋਚੋ। ਉਹ ਕੰਮ ਇਹ ਹੈ ਕਿ ਰਾਜਾ ਬੇਟਾ ਅੱਜ ਕੱਲ੍ਹ ਤਮੀਜ਼ ਦਾ ਨੰਬਰ ਲੱਭਦਾ ਪਿਆ। ਚਲੋ, ਇਹ ਤਾਂ ਰਾਜਾ ਬੇਟਾ ਜੋਕ ਚੱਲਦੇ ਰਹਿਣਗੇ, ਆਓ ਚੱਲੀਏ ਦੇਖੀਏ ਰਾਜਾ ਬੇਟਾ ਕਿਹੜੀਆਂ ਕਿਹੜੀਆਂ ਖ਼ਬਰਾਂ ਲੈ ਕੇ ਆਇਆ ਜੇ। ਚਲੋ ਬਾਈ, ਤੁਹਾਨੂੰ ਪਤਾ ਰਾਜਾ ਬੇਟਾ ਹੁਣ ਕਿਹਦੀ ਗੱਲ ਕਰਨ ਲੱਗਾ ਜੇ? ਰਾਜਾ ਬੇਟਾ ਗੱਲ ਕਰਨ ਲੱਗਾ ਜੇ ਐਲੀ ਮੰਗਟ ਵੀਰ ਜੀ ਦੀ। ਔਰ ਤੁਹਾਨੂੰ ਪਤਾ ਨਾ ਜਿਹੜਾ ਐਲੀ ਮੰਗਟ ਵੀਰ ਜੀ ਦਾ ਪਿੱਛੇ ਪੰਗਾ ਪਿਆ ਸੀ, ਉਹੀ ਮੋਟਿਆ ਜਿਹਾ, ਹਾਂ, ਰੰਬੀ ਰੰਧਾਵਾ ਦੇ ਨਾਲ। ਉਸ ਤੋਂ ਬਾਅਦ ਨਾ ਹੁਣ ਐਲੀ ਮੰਗਟ ਵੀਰ ਜੀ ਬਾਹਰ ਆ ਗਏ, ਉਹਨੇ ਤਾਂ ਬੜੇ ਵਧੀਆ ਲੱਗ ਰਹੇ ਨਾ, ਸਿਹਤ ਸੁਹਤ ਉਹਨਾਂ ਦੀ ਅੱਛੀ ਹੋ ਗਈ ਹੋਈ ਆ। ਪਰ ਐਲੀ ਮੰਗਟ ਵੀਰ ਜੀ ਨੇ ਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਸਟੇਟਸ ਪੋਸਟ ਕਰ ਛੱਡਿਆ ਜੇ। ਉਸ ਸਟੇਟਸ ਦੇ ਵਿੱਚ ਐਲੀ ਮੰਗਟ ਵੀਰ ਜੀ ਨੇ ਇਤਨੀਆਂ ਸਾਰੀਆਂ ਫੋਟੋਆਂ ਪਾਈਆਂ ਨੇ, ਕਹਿੰਦਿਆਂ ਦੀ ਉਹ ਫੋਟੋਆਂ ਪਤਾ ਕਿਹੜੀਆਂ ਨੇ? ਐਲੀ ਮੰਗਟ ਵੀਰ ਜੀ ਦੇ ਘਰ 'ਚ ਲੱਗੀਆਂ ਉਸਤਾਦ ਲੋਕਾਂ ਦੀਆਂ ਫੋਟੋਆਂ ਅਤੇ ਵੱਡੇ ਵੱਡੇ ਲੈਜੈਂਡਸ ਦੀਆਂ ਫੋਟੋਆਂ। ਤੁਸੀਂ ਜਾਣਨੀਆਂ ਕਿਹੜੀਆਂ ਕਿਹੜੀਆਂ ਫੋਟੋਆਂ ਨੇ? ਆਹ ਵੇਖੋ ਜ਼ਰਾ, ਐਲੀ ਮੰਗਟ ਵੀਰ ਜੀ ਨੇ ਇਹਨਾਂ ਫੋਟੋਗ੍ਰਾਫਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਕੀਤਾ। ਇਹਨਾਂ ਫੋਟੋਗ੍ਰਾਫਸ ਦੇ ਵਿੱਚ ਐਲੀ ਮੰਗਟ ਵੀਰ ਜੀ ਨੇ ਦਿਖਾਇਆ ਹੈ ਕਿ ਕਿਹੜੇ ਕਿਹੜੇ ਲੈਜੈਂਡਰੀ ਬੰਦੇ ਦੇ ਐਲੀ ਮੰਗਟ ਵੀਰ ਜੀ ਨੇ ਆਪਣੇ ਘਰ ਦੇ ਦੀਵਾਰਾਂ ਦੇ ਉੱਤੇ ਫੋਟੋਗ੍ਰਾਫਸ ਨੂੰ ਪੋਰਟਰੇਟ ਕਰਾਇਆ। ਸਭ ਤੋਂ ਪਹਿਲੇ ਨਾਮ ਆਉਂਦਾ ਸ਼ਹੀਦ ਭਗਤ ਸਿੰਘ ਜੀ ਦਾ। ਇਸ ਫੋਟੋ ਦੇ ਵਿੱਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਜੀ ਦੀ ਫੋਟੋ ਪੰਜਾਬ ਲਿਖ ਲਿਖ ਕੇ ਬਣਾਈ ਗਈ ਹੈ। ਦੂਸਰੀ ਫੋਟੋ ਹੈਗੀ ਜੇ ਬੱਬੂ ਮਾਨ ਵੀਰ ਜੀ ਅਤੇ ਸੰਜੇ ਦੱਤ ਵੀਰ ਜੀ ਦੀ, ਅਤੇ ਇਸ ਦੀ ਕੈਪਸ਼ਨ ਦੇ ਵਿੱਚ ਐਲੀ ਮੰਗਟ ਵੀਰ ਜੀ ਨੇ ਲਿਖ ਛੋੜਿਆ ਉਸਤਾਦ ਲੋਕ। ਤੀਸਰੀ ਪਿਕਚਰ ਹੈਗੀ ਹੈ ਪੰਜਾਬੀ ਗਾਇਕ ਚਮਕੀਲਾ ਕਰਤਾਰ ਰਮਲਾ ਅਤੇ ਕੁਲਦੀਪ ਮਾਨਕ ਜੀ ਦੇ। ਚੌਥੀ ਫੋਟੋ ਹੈਗੀ ਹੈ ਦੇਸੀ ਰੈਪ ਸਟਾਰ ਬੋਹੇਮੀਆ ਵੀਰ ਜੀ ਦੀ। ਪੰਜਵੀਂ ਫੋਟੋ ਹੈਗੀ ਹੈ ਚੀ ਗਵੇਰਾ ਦੀ। ਛੇਵੀਂ ਫੋਟੋ ਜਿਹੜੀ ਉਹਨਾਂ ਨੇ ਲਗਾਈ ਹੈ ਉਹ ਹੈਗੀ ਹੈ ਵਿਜ ਟੂਪੈਕ ਅਤੇ ਬੌਬ ਮਾਰਲੇ ਦੀ। ਅਤੇ ਸੱਤਵੀਂ ਫੋਟੋ ਜਿਹੜੀ ਹੈਗੀ ਹੈ ਉਹ ਹੈਗੀ ਹੈ ਨਿਪਸੀ ਹਸਲ ਦੀ। ਇਹਨਾਂ ਫੋਟੋਆਂ ਦੇ ਵਿੱਚ ਨਾ ਐਲੀ ਮੰਗਟ ਵੀਰ ਜੀ ਨੇ ਆਪਣੀ ਫੋਟੋ ਵੀ ਦੀਵਾਰ ਦੇ ਉੱਤੇ ਲਾਈ ਹੈ, ਉਹ ਆਹ ਫੋਟੋ ਹੈ, ਦੇਖੋ। ਵੈਸੇ ਐਲੀ ਮੰਗਟ ਵੀਰ ਜੀ, ਤੁਸੀਂ ਇਤਨੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਬਣਵਾਈਆਂ ਨੇ ਨਾ ਆਪਣੇ ਘਰ ਦੇ ਵਿੱਚ ਦੀਵਾਰਾਂ ਦੇ ਉੱਤੇ, ਰਾਜਾ ਬੇਟਾ ਦਾ ਵੀ ਦਿਲ ਕਰ ਰਿਹਾ ਕਿ ਰਾਜਾ ਬੇਟਾ ਜਾਵੇ ਅਤੇ ਫੋਟੋਆਂ ਬਣਵਾਵੇ ਆਪਣੇ ਫੇਵਰੇਟ ਕਲਾਕਾਰਾਂ ਦੀਆਂ ਜਿਹੜੇ ਰਾਜਾ ਬੇਟਾ ਨੂੰ ਪਸੰਦ ਨੇ। ਗੁੱਡ ਆਈਡੀਆ ਐਲੀ ਮੰਗਟ ਵੀਰ ਜੀ। ਜਿਸ ਤਰ੍ਹਾਂ ਤੁਸਾਂ ਨੇ ਰਾਜਾ ਬੇਟਾ ਨੇ ਵਾਅਦਾ ਕੀਤਾ ਸੀ ਨਾ ਕਿ ਪੋਲੀਟੀਕਲ ਗੱਲ ਹੋਏਗੀ ਅੱਜ, ਅਸਾਂ ਨੂੰ ਜਿਹੜਾ ਪੋਲੀਟੀਕਲ ਗੱਲ ਕੀ ਹੈ ਤਾਂ ਸਾਨੂੰ ਪਤਾ 21 ਅਕਤੂਬਰ ਨੂੰ ਜਿਮਨੀ ਚੋਣਾਂ ਹੋਣ ਵਾਲੀਆਂ ਨੇ 4 ਥਾਵਾਂ ਦੀਆਂ, ਠੀਕ ਹੈ। ਅਤੇ ਕਾਂਗਰਸ ਅਤੇ ਅਕਾਲੀ ਦਲ ਦਾ ਵਿੱਚ ਜਿਹੜਾ ਜੰਗ ਦਾ ਮੈਦਾਨ ਹੈ ਨਾ ਇਲੈਕਸ਼ਨ ਵਾਲਾ, ਉਹ ਬਹੁਤ ਜ਼ਿਆਦਾ ਭੁੱਖਿਆ ਪਿਆ, ਪੁੱਛੋ ਕਿਉਂ। ਉਹ ਇਸ ਕਰਕੇ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਨਾ ਬਿਕਰਮ ਸਿੰਘ ਮਜੀਠੀਆ, ਉਹਨਾਂ ਨੇ ਇੱਕ SHO ਨੂੰ ਟਾਰਗੇਟ ਕਰ ਛੋੜਿਆ ਜੇ। ਅਤੇ ਉਹਨਾਂ ਨੇ ਪਤਾ ਕੀ ਕਿਹਾ? ਉਹਨਾਂ ਨੇ ਕਿਹਾ ਕਿ ਜਿਹੜਾ SHO ਹੈ ਨਾ ਇਹ ਕਾਂਗਰਸ ਸਰਕਾਰ ਦਾ ਸ਼ਾਰਪ ਸ਼ੂਟਰ ਹੈਗਾ ਜੇ। ਔਰ ਦੇਖੋ ਜਿਹੜਾ ਕੀ ਕੁਝ ਕਿਹਾ। ਦਾਖਾ ਜਿਮਨੀ ਚੋਣਾਂ ਨੂੰ ਲੈ ਕੇ ਨਾ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਾਲੇ ਜਿਹੜਾ ਗਹਿਮਾ ਗਹਿਮੀ ਉਹ ਵੱਧ ਗਈ ਹੋਈ ਹੈ, ਕਿਉਂਕਿ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇੱਕ SHO ਨੂੰ ਟਾਰਗੇਟ ਕਰ ਛੋੜਿਆ। ਇਸ SHO ਦਾ ਨਾਮ ਹੈਗਾ ਜੀ ਪ੍ਰੇਮ ਸਿੰਘ ਜੀ, ਅਤੇ ਇਸ SHO ਨੂੰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਦਾ ਸ਼ਾਰਪ ਸ਼ੂਟਰ ਵੀ ਕਹਿ ਛੋੜਿਆ ਜੇ। ਮਜੀਠੀਆ ਨੇ ਸਬੂਤਾਂ ਦੇ ਨਾਲ ਇਹ ਵੀ ਦਾਅਵਾ ਕਰ ਛੋੜਿਆ ਜੇ ਕਿ ਇਹ ਜਿਹੜੇ SHO ਨੇ ਪ੍ਰੇਮ ਸਿੰਘ, ਇਹਨਾਂ ਦਾ ਕਾਂਗਰਸ ਦੇ ਨਾਲ ਗੂੜਾ ਸੰਬੰਧ ਹੈ ਅਤੇ ਹੁਣ ਜਿਮਨੀ ਚੋਣਾਂ ਦੇ ਲਈ ਕਾਂਗਰਸ ਨੇ ਇਹਦੀ ਤਬਦੀਲੀ ਦਾਖਾ ਦੇ ਵਿੱਚ ਕਰਾਈ ਹੈ। ਉਹ ਯਾਰ, ਇਸ ਤੋਂ ਪਹਿਲਾਂ ਵੀ ਸ਼ਾਹਕੋਟ ਦੀਆਂ ਜਿਮਨੀ ਚੋਣਾਂ ਦੇ ਵਿੱਚ ਨਾ ਇੱਕ SHO ਦਾ ਨਾਮ ਉੱਠਿਆ ਸੀਗਾ,
ਠੀਕ ਹੈ ਉਸ ਵੇਲੇ ਵੀ ਕੈਪਟਨ ਸਾਹਿਬ ਨੇ ਆਪ ਆ ਕੇ ਇਸ ਦੇ ਵਿੱਚ ਦਖਲਅੰਦਾਜ਼ੀ ਕਰਕੇ ਉਸ ਮਾਮਲੇ ਨੂੰ ਠੰਡਾ ਪਾਇਆ ਸੀ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਦੇਖਦੇ ਹਾਂ ਕੈਪਟਨ ਸਾਹਿਬ ਕੀ ਕਰਦੇ ਨੇ ਜਦ ਮਜੀਠੀਆ ਸਾਹਿਬ ਨੇ ਉਸ SSO ਨੂੰ ਸਾਫ ਸ਼ੂਟਰ ਕਹਿ ਛੋੜਿਆ ਜਾਏ ਕਹਿੰਦਾ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਤੁਸੀਂ ਵੀ ਸੋਚਦੇ ਹੋਵੋਗੇ ਰਾਜਾ ਬੇਟਾ ਜੇ ਫਿਰ ਸਿੱਧੂ ਮੂਸੇਵਾਲਾ ਵਿਰਜ ਦੀ ਗੱਲ ਕਰੇਗਾ ਯੈਸ ਬਿਲਕੁਲ ਕਰੇਗਾ ਪੁੱਛੋ ਕਿਉਂ ਕਿਉਂਕਿ ਸਿੱਧੂ ਮੂਸੇਵਾਲਾ ਵਿਰਜੀ ਦੀ ਆਉਣ ਵਾਲੀ ਮੂਵੀ ਦਾ ਨਾਮ ਹੈ ਯੈਸ ਆਈ ਐਮ ਸਟੂਡੈਂਟ ਅਤੇ ਤੁਹਾਨੂੰ ਪਤਾ ਸਿੱਧੂ ਮੂਸੇਵਾਲਾ ਵਿਰਜੀ ਦੀ ਨਾ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਵਿਰਜੀ ਆਪਣੇ ਫਾਦਰ ਸਾਹਿਬ ਯਾਨੀ ਕਿ ਬਾਪੂ ਜੀ ਨੂੰ ਗਾਣਾ ਡੈਡੀਕੇਟ ਕਰਦੇ ਪਏ ਨੇ ਔਰ ਸੁਣੋ ਜਿਹੜਾ ਕਿਹੜਾ ਗਾਣਾ ਹੈਗਾ ਸਿੱਧੂ ਮੂਸੇਵਾਲਾ ਵਿਰਜੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਵਿਰਜੀ ਇੱਕ ਗੈਟ ਟੁਗੈਦਰ ਦੇ ਵਿੱਚ ਬੈਠੇ ਨਜ਼ਰ ਆਉਂਦੇ ਪਏ ਨੇ ਅਤੇ ਆਪਣੇ ਪਿਤਾ ਜੀ ਦੇ ਲਈ ਗਾਣਾ ਗਾਉਂਦੇ ਨਜ਼ਰ ਆਉਂਦੇ ਪਏ ਨੇ ਆਹ ਦੇਖੋ ਤੁਸੀਂ ਜਿਹੜਾ ਕਿਹੜਾ ਗਾਣਾ ਗਾਇਆ ਸਿੱਧੂ ਮੂਸੇਵਾਲਾ ਵਿਰਜੀ ਨੇ ਆਪਣੇ ਬਾਪੂ ਜੀ ਲਈ ਹੋ ਪੁੱਤ ਤੇਰਾ ਹੁਣ ਇੰਨੀ ਜਗਾ ਹੋ ਗਿਆ ਵੈਸੇ ਸਿੱਧੂ ਮੂਸੇਵਾਲਾ ਵਿਰਜੀ ਰਾਜਾ ਬੇਟਾ ਨੇ ਦੇਖਿਆ ਤੁਸੀਂ ਬਹੁਤ ਜ਼ਿਆਦਾ ਆਪਣੇ ਮਦਰ ਫਾਦਰ ਨੂੰ ਪਿਆਰ ਕਰਦੇ ਹੋ ਕਰਨਾ ਵੀ ਚਾਹੀਦਾ ਯਾਰ ਇੰਨਾ ਸੋਹਣਾ ਤੁਸਾਂ ਨੂੰ ਬਣਾਇਆ ਹੈਗਾ ਕਹਿੰਦੀ ਆਦਮੀ ਰਾਜਾ ਬੇਟਾ ਵੀ ਤੁਸਾਂ ਨੂੰ ਪਸੰਦ ਕਰਦਾ ਤੁਸਾਂ ਦੇ ਗਾਣੇ ਅੱਛੇ ਲੱਗਦੇ ਨੇ ਰਾਜਾ ਬੇਟਾ ਨੂੰ ਅਤੇ ਵੈਸੇ ਗੱਲ ਵੈਸੇ ਸੱਚ ਵੀ ਹੈਗੀ ਆ ਹਰ ਬੱਚਾ ਆਪਣੇ ਮਾਂ ਬਾਪ ਨੂੰ ਪਿਆਰ ਕਰਦਾ ਅਤੇ ਉਸਨੂੰ ਇੱਦਾਂ ਦਾ ਹੋ ਜਾਣਾ ਚਾਹੀਦਾ ਹਰ ਬੱਚੇ ਨੂੰ ਕਿ ਉਸ ਮਾਂ ਬਾਪ ਨੂੰ ਨਾ ਉਸਦੇ ਬੱਚੇ ਦੇ ਨਾਮ ਤੋਂ ਪਛਾਣਿਆ ਜਾਣਾ ਚਾਹੀਦਾ ਜਿੱਦਾਂ ਕਿ ਤੁਸਾਂ ਦੇ ਮਾਂ ਬਾਪ ਨੂੰ ਪਛਾਣਿਆ ਜਾਂਦਾ ਵੈਲ ਡਨ ਸਿੱਧੂ ਮੂਸੇਵਾਲਾ ਵਿਰਜੀ ਜੀ ਹੋਵੋਗੇ ਰਾਜਾ ਬੇਟਾ ਕੀ ਵਜਾ ਰਿਹਾ ਸੀਗਾ ਰਾਜਾ ਬੇਟਾ ਵਜਾ ਰਿਹਾ ਸੀ ਤੁੰਬੀ ਪੁੱਛੋ ਕਿਉਂ ਉਹ ਇਸ ਕਰਕੇ ਕਿਉਂਕਿ ਦਿਲਜੀਤ ਦੋਸਾਂਝ ਵੀਰ ਜੀ ਨਾ ਅੱਜ ਕੱਲ੍ਹ ਤੁੰਬੀ ਬਹੁਤ ਜ਼ਿਆਦਾ ਵਜਾਉਂਦੇ ਪਏ ਨੇ ਅਤੇ ਤੁੰਬੀ ਵਜਾ ਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਨਵੀਂ ਆਉਣ ਵਾਲੀ ਫਿਲਮ ਦਾ ਨਾਮ ਹੋਏਗਾ ਜੋੜੀ ਅਤੇ ਹੁਣ ਦਿਲਜੀਤ ਦੋਸਾਂਝ ਵੀਰ ਜੀ ਨੇ ਇੱਕ ਹੋਰ ਅਪਡੇਟ ਸ਼ੇਅਰ ਕਰ ਛੋੜੀ ਜੋੜੀ ਫਿਲਮ ਬਾਰੇ ਪਤਾ ਕੀ ਹੈ ਇਹ ਹੈ ਉਹ ਯਾਰ ਅੱਜ ਦੇਖੋ ਨਾ ਕੀ ਅਪਡੇਟ ਐਵੇਂ ਪਰ ਰਾਜਾ ਬੇਟਾ ਹੁਣੇ ਇੱਥੇ ਸਭ ਕੁਝ ਦੱਸੇਗਾ ਦੇਖੋ ਵੀ ਅਪਡੇਟ ਕੀ ਹੈ ਦਿਲਜੀਤ ਦੋਸਾਂਝ ਵੀਰ ਜੀ ਨੇ ਇਸ ਪੂਰੀ ਸਟਾਰਕਾਸਟ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਟੇਟਸ ਪਾਕੇ ਤੇ ਛੋੜੀ ਚ ਦਿਲਜੀਤ ਦੋਸਾਂਝ ਵੀਰ ਜੀ ਨੇ ਰਿਵੀਲ ਕੀਤਾ ਕਿ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਹੋਣਗੇ ਅਮਰਿੰਦਰ ਗਿੱਲ ਤੇ ਨਿਮਰਤ ਖੈਰਾ ਤੇ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਅੰਬਰਦੀਪ ਸਿੰਘ ਦਿਲਜੀਤ ਦੋਸਾਂਝ ਵੀਰ ਜੀ ਨੇ ਇਹ ਵੀ ਦੱਸਿਆ ਹੋਇਆ ਹੈ ਕਿ ਇਸ ਫਿਲਮ ਦਾ ਜਿਹੜਾ ਸ਼ੂਟ ਹੈ ਉਹ ਸ਼ੁਰੂ ਹੋ ਚੁੱਕਾ ਹੋਇਆ ਤੇ ਦਿਲਜੀਤ ਦੋਸਾਂਝ ਵੀਰ ਜੀ ਦੀ ਫੋਟੋਆਂ ਦੇ ਵਿੱਚ ਨਾ ਬਹੁਤ ਸਾਰੇ ਇੰਸਟਰੂਮੈਂਟ ਵੀ ਨਜ਼ਰ ਆਉਂਦੇ ਨੇ ਭਾਵੇਂ ਉਹ ਫਿਰ ਤੁੰਬੀ ਹੋਵੇ ਜਾਂ ਹੋਵੇ ਹਾਰਮੋਨੀਅਮ ਜਾਂ ਹੋਵੇ ਢੋਲਕੀ ਵੈਸੇ ਦੇਖਣ ਵਾਲੀ ਗੱਲ ਬਹੁਤ ਵਧੀਆ ਹੋਏਗੀ ਕਿ ਦਿਲਜੀਤ ਦੋਸਾਂਝ ਵੀਰ ਜੀ ਅਮਰਿੰਦਰ ਗਿੱਲ ਵਿਰ ਜੀ ਅਤੇ ਨਿਮਰਤ ਖੈਰਾ ਇਕੱਠੇ ਇੱਕੋ ਫਿਲਮ ਦੇ ਵਿੱਚ ਨਜ਼ਰ ਆਉਣਗੇ ਅਤੇ ਇੱਕ ਗੱਲ ਸੋਚਣ ਵਾਲੀ ਹੋਰ ਵੀ ਹੈਗੀ ਜੇ ਉਹ ਜਿੱਥੇ ਦਿਲਜੀਤ ਦੋਸਾਂਝ ਵੀਰ ਜੀ ਦੀ ਪੋਸਟ ਦੇਖੋ ਜਾਂ ਤੁੰਬੀ ਦਿਖਦੀ ਹੈ ਜਾਂ ਕੋਈ ਮਿਊਜ਼ੀਕਲ ਇੰਸਟਰੂਮੈਂਟ ਦਿਖਦਾ ਪਿਆ ਇਸ ਫਿਲਮ ਦੇ ਨਾਲ ਨਾਲ ਰਾਜਾ ਬੇਟਾ ਨੂੰ ਲੱਗਦਾ ਹੈ ਕਿ ਫਿਲਮ ਬਹੁਤ ਜ਼ਿਆਦਾ ਮਿਊਜ਼ੀਕਲ ਹੋਣ ਵਾਲੀ ਹੈ ਮਿਊਜ਼ਿਕ ਬੇਸਡ ਹੋਣ ਵਾਲੀ ਹੈ ਅਤੇ ਮਿਊਜ਼ੀਕਲ ਇੰਸਟਰੂਮੈਂਟ ਬੇਸਡ ਹੋਣ ਵਾਲੀ ਹੈ ਖੈਰ ਇਹ ਤਾਂ ਸੀ ਰਾਜਾ ਬੇਟਾ ਦੀ ਜੱਜਮੈਂਟ ਅਬਾਊਟ ਦਾ ਮੂਵੀ ਚੜ੍ਹੇ ਪਰ ਰਾਜਾ ਬੇਟਾ ਤੋਂ ਸਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜੇ ਗੱਲ ਇਹ ਹੈ ਕਿ ਕਿਸੇ ਵੀ ਤਰੀਕੇ ਦੀ ਨਿਊਜ਼ ਹੋਵੇ ਮੈਂ ਕਹਿੰਦਾ ਕਿਸੇ ਵੀ ਤਰੀਕੇ ਦੀ ਪੋਲੀਟੀਕਲ ਐਂਟਰਟੇਨਮੈਂਟ ਬੋਲੀਵੁੱਡ ਬੋਲੀਵੁੱਡ ਕੋਈ ਵੀ ਨਿਊਜ਼ ਹੋਵੇ ਨਾ ਉਹਦੇ ਲਈ ਤੁਸੀਂ ਜੁੜੇ ਰਹਿਣਾ ਹੈਗਾ ਦੈਨਿਕ ਸਵੇਰਾ TV ਦੇ ਨਾਲ ਤਦ ਤੱਕ ਲਈ ਰਾਜਾ ਬੇਟਾ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਰਾਜਾ ਬੇਟਾ